ਇਹ ਬਹੁਤ ਹੀ ਸਾਦਾ ਮਕੈਨੋ ਹੈ ਜੋ ਕਿ ਕੈੜੀਆਂ ਪਲਾਸਟਿਕ ਦੀਆਂ ਸਟ੍ਰੋਸ ਨੂੰ ਵਰਤ ਕੇ ਬਣਾਇਆ ਜਾਵੇਗਾ ਅਤੇ ਤਾਰ ਨੂੰ ਜੋੜ ਬਣਾਉਣ ਲਈ ਵਰਤਿਆ ਜਾਵੇਗਾ। ਇਸ ਲਈ ਤੁਹਾਨੂੰ ਇੱਕ ਤਾਰ ਚਾਹੀਦੀ ਹੋਏਗੀ ਜਿਸਦਾ ਉੱਪਰ ਵਾਲਾ ਹਿੱਸਾ ਢਿੱਲਾ ਹੋਵੇ। ਤਾਰ ਦਾ ਇੱਕ ਟੁਕੜਾ ਲਓ ਅਤੇ ਉਸਨੂੰ 5 ਵਾਰ ਮੋੜ ਕੇ ਕੱਟ ਦਿਓ। ਤਾਰ ਨੂੰ ਅਖੀਰ ਵਾਲੇ ਜੋੜ ਵਿੱਚ ਪਾ ਕੇ 3 ਪੱਤਿਆਂ ਵਾਲਾ ਫੁੱਲ ਬਣਾ ਲਓ। ਤੁਸੀਂ ਇਸ ਤਰ੍ਹਾਂ ਦੇ ਕਈ ਜੋੜ ਬਣਾ ਸਕਦੇ ਹੋ ਅਤੇ ਇੱਕੋ ਜਿਹੀ ਲੰਬਾਈ ਦੀਆਂ ਸਟ੍ਰੋ ਕੱਟ ਲਓ। 2 ਸਿੱਧੇ ਜੋੜ ਵਾਲੀਆਂ ਸਟ੍ਰੋਜ਼ ਨੂੰ ਜੋੜ ਦਿਓ। ਤੁਸੀਂ ਇਸ ਨੂੰ ਐਕਿਊਟ, ਰਾਈਟ ਅਤੇ ਅਬਿਊਸ ਓਬਟਿਊਸ ਐਂਗਲ ਵਿੱਚ ਵਰਤ ਸਕਦੇ ਹੋ ਜਾਂ ਮੋੜ ਸਕਦੇ ਹੋ। 3 ਸਟ੍ਰੋ ਨੂੰ ਅਤੇ 3 ਜੋੜਾਂ ਨੂੰ ਜੋੜ ਕੇ ਇਕੁਇਲੇਟਰਲ ਤ੍ਰਿਕੋਣ ਜਾਂ ਇਕੁਇਲੇਟਰਲ ਟ੍ਰਾਇੰਗਲ ਬਣਾ ਸਕਦੇ ਹੋ। ਸਾਰੇ ਐਂਗਲ 60 ਡਿਗਰੀ ਦੇ ਹੋਣਗੇ। 4 ਸਟ੍ਰੋ ਦੇ ਨਾਲ ਇੱਕ ਚਕੌਰ ਬਣਾ ਲਓ। ਇੱਕ ਹੋਰ ਸਟ੍ਰੋ ਪਾ ਕੇ ਪੈਂਟਾਗਨ ਬਣਾ ਲਓ। 6 ਸਟ੍ਰੋ ਅਤੇ 4 ਜੋੜਾਂ ਨਾਲ ਟੈਟਰਾਹੈਡਰਨ ਬਣਾ ਲਓ। ਟੈਟਰਾ ਦਾ ਮਤਲਬ 4 ਅਤੇ ਹੈਡਰਨ ਦਾ ਮਤਲਬ ਤ੍ਰਿਕੋਣ। ਇੱਕ ਇਸ ਤਰ੍ਹਾਂ ਤੁਹਾਡੇ ਕੋਲ 3D 4 ਤ੍ਰਿਕੋਣ ਬਣ ਜਾਣਗੇ ਕਿਉਂਕਿ ਤ੍ਰਿਕੋਣ ਮਜ਼ਬੂਤ ਸਨ। ਇਸ ਲਈ ਟੈਟਰਾਹੈਡਰਨ ਬਹੁਤ ਜ਼ਿਆਦਾ ਮਜ਼ਬੂਤ ਹੋਵੇਗਾ। 9 ਪਾਰਦਰਸ਼ੀ ਸਟ੍ਰੋ ਅਤੇ 6 3 ਦੇ ਜੋੜਾਂ ਨਾਲ ਤੁਸੀਂ ਪ੍ਰਿਜ਼ਮ ਬਣਾ ਸਕਦੇ ਹੋ। ਇੱਥੇ ਜੋੜ ਸਾਫ਼ ਸਾਫ਼ ਦਿਸਣਗੇ। ਇਸੇ ਤਰ੍ਹਾਂ ਉੱਪਰ 4 ਜੋੜਾਂ ਦੇ ਨਾਲ ਤੁਸੀਂ ਪਿਰਾਮਿਡ ਬਣਾ ਸਕਦੇ ਹੋ। ਫਿਰ ਕਿਊਬ ਬਣਾ ਲਓ ਅਤੇ ਪਿਰਾਮਿਡ ਨੂੰ ਕਿਊਬ ਉੱਪਰ ਰੱਖ ਕੇ ਘਰ ਬਣਾ ਸਕਦੇ ਹੋ।